ਦੋਸ਼ ਹੋਣ ਜਾਂ ਨਾ ਹੋਣ ਜਵਾਬ ਤਾਂ ਦੇਣੇ ਪੈਣਾ। ਇਹ ਮਜਬੂਰੀ ਨਹੀਂ, ਪੰਜਾਬੀਆਂ ਦਾ ਪਹਿਲਾ ਹੱਕ ਹੈ। ਲੋਕਾਂ ਦੇ ਮਸਲਿਆਂ ਤੇ ਮਿਲਣਗੇ ਸਾਫ਼ ਸਾਫ਼ ਜਵਾਬ, ਕੋਈ ਸਿਆਸੀ ਤਿਕੜਮਬਾਜ਼ੀ ਨਹੀਂ। ਜਵਾਬ ਉਹ ਮਿਲਣਗੇ ਜੋ ਹੈ ਹਕੀਕਤ, ਨਾ ਕਿ ਲਾਰੇ, ਕਿਉਂਕਿ ਫੈਕਟ ਨਿਊਜ਼ ਕਰਦਾ ਅਸਲੀ ਮੁੱਦਿਆਂ ਦੀ ਗੱਲ, ਤੱਥਾਂ ਦੇ ਆਧਾਰ ਤੇ ਤੁਹਾਨੂੰ ਦਿਖਾਵੇਗਾ ਸੱਚ। ਕੌਣ ਸੱਚਾ ਕੌਣ ਝੂਠਾ ਤੁਸੀਂ ਕਰੋ ਫੈਸਲਾ। ਫੈਕਟ ਨਿਊਜ਼ ਤੁਹਾਨੂੰ ਲੈ ਜਾਵੇਗਾ ਸਿਆਸਤਦਾਨਾਂ ਦੇ ਦਰ ਤੇ। ਸਵਾਲ ਹੋਣਗੇ ਜਨਤਾ ਦੇ, ਜਵਾਬ ਦੇਣਗੇ ਪੰਜਾਬ ਦੇ ਅੱਜ ਦੇ ਰਹਿਬਰ। ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਧਾਲੀਵਾਲ, ਬਣੇ ਰਹੋ ਤੁਸੀਂ ਫੈਕਟ ਨਿਊਜ਼ ਦੇ ਨਾਲ। ਬਹੁਤ ਜਲਦ ਸਿਆਸਤਦਾਨਾਂ ਤੋਂ ਪੁੱਛਾਂਗੇ ਲੋਕਾਂ ਦੇ ਸਵਾਲ, ਜਿਸ ਦਾ ਜਵਾਬ ਤਾਂ ਉਹਨਾਂ ਨੂੰ ਦੇਣੇ ਪੈਣਾ।